ਐਮਰਜੈਂਸੀ ਐਮ ਦੀ ਗੱਲ ਗਲਤ ਹੋ ਗਈ। ਇੱਥੇ ਵੀ ਰਾਹ ਬੰਦ ਹੈ, ਮੇਨ ਰਾਹ ਆ ਜਲੰਧਰ ਦਾ, ਸੋ ਇੱਥੇ ਹੀ ਬੰਦ ਕਰਤਾ। ਸੋ ਅੱਜ ਹੈਗਾ ਆ ਪੁਸ਼ ਵਰਕਆਊਟ, ਸੱਤਵੀਂ ਵਾਰੀ ਮੈਂ ਕਰਨ ਲੱਗਾ ਆਪਣਾ। ਹਾਂਜੀ ਬਾਬਾ ਜੀ ਕੀ ਹਾਲ ਚਾਲ ਵੀ ਸਾਰੇ ਵਧੀਆ, ਮੈਂ ਤੁਹਾਡਾ ਫੇਵਰੇਟ ਨਾ ਇੱਕ ਵਾਰੀ ਆ ਰਿਹਾ ਫਿਰ ਤੋਂ ਬਲੌਗ ਲੈ ਕੇ ਬੜੀ ਤਾਂ ਬਾਉ। ਅਤੇ ਅੱਜ ਦਾ ਬਲੌਗ ਹੋਊਗਾ ਰਿਲੇਟਡ ਟੂ ਇੱਕੋ ਪਲੈਨ ਹੁੰਦਾ ਜਿਹੜਾ ਸਾਡਾ ਘਰੋਂ ਨਿਕਲ ਕੇ ਵਰਕਆਊਟ ਕਰਨਾ। ਸੋ ਅੱਜ ਦਾ ਆਪਾਂ ਵਰਕਆਊਟ ਦਿਖਾਵਾਂਗੇ ਫੋਰ ਸ਼ੋਰ, ਪੁਸ਼ ਵਰਕਆਊਟ ਆ ਦਿਖਾਵਾਂਗੇ। ਅਤੇ ਬਾਕੀ ਬਲੌਗ ਮੈਂ ਹਰ ਵਾਰੀ ਸ਼ੁਰੂ ਕਰਦਾ ਅਤੇ ਬਾਅਦ 'ਚ ਜੋ ਜੋ ਹੈਪਨ ਹੋਣੇ ਹੁੰਦੇ ਆ ਉਹ ਤਾਂ ਅਨਐਕਸਪੈਕਟਡ ਹੀ ਹੁੰਦੇ ਆ ਕੀ ਹੋਣੇ ਆ। ਬਸ ਇਹ ਹੁੰਦਾ ਹੈ ਕਿ ਘਰੋਂ ਨਿਕਲ ਜਾਓ, ਜੋ ਜੋ ਹੈਪਨ ਹੋ ਗਿਆ ਕੋਈ ਚੱਕਰ ਨਹੀਂ, ਬਸ ਦਿਖਾ ਦਾਂਗੇ ਤੁਹਾਨੂੰ। ਅਤੇ ਚਲੋ ਚੱਲਦੇ ਹਾਂ ਪਹਿਲਾਂ ਜਿਮ, ਬਾਕੀ ਜੋ ਜੋ ਹੈਪਨ ਹੋਊਗਾ ਉਹ ਤਾਂ ਸਰਪ੍ਰਾਈਜ਼ ਹੀ ਹੁੰਦਾ, ਮੇਲੀ ਵੀ ਅਤੇ ਸਭ ਲਈ ਵੀ। ਚਲੋ ਚੱਲਦੇ ਹਾਂ। ਸੋ ਅੱਜ ਡੇਟ ਹੈਗੀ ਆ ਪਤਾ ਨਹੀਂ, ਸੋ ਅੱਜ ਸਾਡੇ ਆ ਰਹੇ ਆ ਕਪੂਰਥਲੇ ਨਵੇਂ ਚੁਣੇ ਹੋਏ CM ਅਤੇ ਉਹਦੇ ਲਈ ਬਹੁਤ ਸਾਰੀ ਪੁਲਿਸ ਖੜੀ ਹੋਈ ਆ। ਕਹਿੰਦੇ ਆ ਕਿ ਨਵੇਂ CM ਪਬਲਿਕ ਨੂੰ ਪਰੇਸ਼ਾਨ ਨਹੀਂ ਕਰ ਰਹੇ, ਸੋ ਦੇਖਦੇ ਹਾਂ। ਬਹੁਤ ਸਾਰੀ ਮਤਲਬ ਪੁਲਿਸ ਖੜੀ ਕੀਤੀ ਆ ਆਪਣੇ ਜਮ੍ਹਾਂ ਘਰ ਦੇ 2-3 ਕਿਲੋਮੀਟਰ ਦੂਰ ਮੱਡ ਆ ਅਤੇ ਕਹਿੰਦੇ ਉੱਥੇ ਆਉਣਾ ਆ। ਘਰੋਂ ਤਾਂ ਨਿਕਲੇ ਆਏ ਹਾਂ, ਪਹਿਲਾਂ ਜਾ ਰਹੇ ਹਾਂ ਕਪੂਰਥਲੇ, ਫਿਰ ਜਾਵਾਂਗੇ ਜਲੰਧਰ। ਸੋ ਇਸੇ ਹਾਈਵੇ 'ਤੇ ਰਮਾਡਾ ਆ, ਸੋ ਦੇਖਦੇ ਹਾਂ ਕਿ ਤੰਗੀ ਆਊਗੀ। ਮੈਂ ਕਿਹਾ ਜੀ ਆਊਗੀ, ਆਹ ਦੇਖੋ ਇੱਥੇ ਟ੍ਰੈਫਿਕ ਰੋਕਦਾ ਬਾਬੇ ਉਹ। ਚਲੋ ਜੀ ਇਹ ਤਾਂ ਗੱਲਾਂ ਕਰਦੇ ਕਰਦੇ ਭੜਾਕਾ ਪੈ ਗਿਆ। ਸੋ ਨਵੇਂ CM ਦੀ ਗੱਲ ਗਲਤ ਹੋ ਗਈ, ਕਹਿੰਦੇ ਪਬਲਿਕ ਨਹੀਂ ਤੰਗ ਕਰਨੀ, ਪਬਲਿਕ 'ਤੇ ਤੰਗ ਹੋ ਗਈ। ਚਲੋ ਹੁਣ ਕੀ ਇਹਨੂੰ ਦਈਏ ਟੈਗ, ਕੁਛ ਅਟੈਕ ਨਹੀਂ ਦੇਣਾ, ਜੇ ਕੋਈ ਜ਼ਿਆਦਾ ਅਟੈਕ ਦੇ ਤਾ ਘਰੇ ਰੇਡਾਂ ਪੈਣੀਆਂ। ਚਲੋ ਜੀ ਚੱਕਰਿਆ ਕਿ ਥਾਂ ਥਾਂ 'ਤੇ ਬੈਰੀਗੇਡਿੰਗ ਕਰਤੀ ਆ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ। ਸੋ ਆਹ ਦੇਖੋ ਇੱਥੇ ਵੀ ਰਾਹ ਬੰਦ ਹੈ, ਮੇਨ ਰਾਹ ਆ ਜਲੰਧਰ ਦਾ, ਸੋ ਇੱਥੇ ਬੰਦ ਕਰਤਾ। ਬਹੁਤ ਸਾਰੀ ਪੁਲਿਸ ਖੜੀ ਆ ਅਤੇ ਹੁਣ ਤੰਗੀ ਤਾਂ ਹੈ, ਹੁਣ ਬੰਦਾ ਕਿੱਥੋਂ ਕਿੱਥੇ 5 ਕਿਲੋਮੀਟਰ 'ਚ ਕਵਰ ਕਰ ਲੈਣਾ, ਕਿੱਥੇ 50 ਕਿਲੋਮੀਟਰ 'ਚ ਕਵਰ ਕਰਨਾ, ਬਾਬਾ ਜੀ ਤੰਗੀ ਤਾਂ ਹੈ। ਦੇਖੋ ਅਸੀਂ ਸੱਚ ਬੋਲਣ ਵਾਲੇ ਬੰਦੇ ਹਾਂ, ਬੁਰੀ ਲੱਗੇ ਬੁਰੀ ਸਹੀ, ਪਰ ਨਾ ਜਿੱਦਾਂ ਕੱਲ੍ਹ ਪਰਸੋਂ ਇੱਕ ਵੀਡੀਓ ਰਿਲੀਜ਼ ਹੋਈ ਸੀ ਨਾ ਕਿ ਚੰਨੀ ਸਾਹਿਬ ਆਪ ਜਾ ਕੇ ਸਟੂਡੈਂਟਾਂ ਨੂੰ ਹੱਥ ਮਿਲਾ ਰਹੇ ਆ ਅਤੇ ਕੋਈ ਭੇਦਭਾਵ ਨਹੀਂ ਕਰ ਰਹੇ, ਕਿਸੇ ਨੂੰ ਪਰੇਸ਼ਾਨ ਨਹੀਂ ਕਰ ਰਹੇ, VIP ਕਲਚਰ ਨਹੀਂ ਦਿਖਾ ਰਹੇ, VIP ਕਲਚਰ ਹੀ ਆ ਬ੍ਰੋ। ਸੋ ਆਪਾਂ ਸਿੱਧੀ ਗੱਲ ਕਰੀਦੀ, ਆਪਾਂ ਨਾ ਅਕਾਲੀ ਨਾ ਕਾਂਗਰਸੀ, ਆਪਾਂ ਹੈਗੇ ਆਮ ਆਦਮੀ ਪਾਰਟੀ, ਨਹੀਂ ਆਮ ਆਦਮੀ ਬੰਦੇ ਭਰਾਵਾ, ਮੈਂ ਆਮ ਆਦਮੀ ਉੱਦਾਂ ਗਿਆ ਨੋਰਮਲ ਇਨਸਾਨ ਬ੍ਰੋ, ਅਤੇ ਪਾਰਟੀ 'ਚ ਨਾ ਲੈ ਜਿਓ। ਚਲੋ ਚੱਲਦੇ ਹਾਂ। ਇੱਥੇ ਹੈਗੇ ਸਾਡੇ MLA ਰਾਣਾ ਸਾਹਿਬ ਦਾ ਆਫਿਸ ਅਤੇ ਕਾਫੀ ਪੁਲਿਸ ਆ ਅਤੇ ਤੁਸੀਂ ਕਹਿਣਾ ਕਰੇ ਕਿ ਮੈਂ ਸਪੈਸ਼ਲੀ ਵੀਡੀਓ ਬਣਾਉਣ ਕਰਕੇ, ਨਹੀਂ ਜੀ ਮੈਂ ਤਾਂ ਉੱਤੇ ਆਇਆ, ਮੈਂ ਨਹੀਂ ਤਾਂ ਉੱਧਰ ਨੂੰ ਸਿੱਧੇ ਜਲੰਧਰ ਨੂੰ ਨਿਕਲ ਜਾਣਾ ਸੀਗਾ ਅਤੇ ਉੱਧਰੋਂ ਜਿੱਥੇ ਮੇਰਾ ਘਰ ਇੱਕ ਪਾਸੇ ਨੂੰ ਕਪੂਰਥਲਾ, ਇੱਕ ਪਾਸੇ ਨੂੰ ਜਲੰਧਰ, ਸੋ ਜਲੰਧਰ ਨੂੰ ਨਿਕਲਣਾ ਮੇਰੇ ਲਈ ਬਹੁਤ ਈਜ਼ੀ ਸੀਗਾ ਉੱਥੋਂ। ਸੋ ਮੈਂ ਇੱਥੇ ਆਪਣੇ ਇੱਕ ਫਰੈਂਡ ਨੂੰ ਸਮਾਨ ਫੜਾਉਣਾ ਸੀ, ਉਹ ਫੜਾਉਣ ਜਾ ਰਿਹਾ, ਸੋ ਉਹਦੇ ਲਈ ਹੁਣ ਪਿੰਡਾਂ ਵਿੱਚੋਂ ਦੀ ਵਾਪਸ ਜਾਣਾ ਪੈਣਾ। ਚਲੋ ਪਿੰਡ ਹੀ ਆਪਣੇ ਪਤਾ ਹੀ ਆ ਰਹਾ ਰੂਹਾਂ ਦਾ ਕਿੱਥੋਂ ਕਿੱਥੋਂ ਜਾਣਾ ਆ, ਸੋ ਨਿਕਲ ਜਾਵਾਂਗੇ, ਬਟ ਤੰਗੀ ਤਾਂ ਤੰਗੀ ਤਾਂ ਹੈ। ਬੈਰੀਗੇਡ ਯਾਰ, ਥਾਂ ਥਾਂ 'ਤੇ ਬੈਰੀਗੇਡ, ਥਾਂ ਥਾਂ 'ਤੇ ਮਤਲਬ ਉਹ ਬੈਰੀਗੇਡ ਨਹੀਂ ਆ ਕਿ ਚੈੱਕ ਕਰਨ ਵਾਲੇ, ਪਬਲਿਕ ਰੋਕਣ ਵਾਲੇ ਆ ਕਿ ਹਾਂ ਤੁਸੀਂ ਡਿਵਰਸ਼ਨ ਜਿਹੜੀ ਦੇਣੀ ਆ ਉਸ ਚੀਜ਼ ਨੂੰ ਲੈ ਕੇ। ਹੁਣ ਇਸ ਤੰਗੀ ਤਾਂ ਹੈ, ਤੰਗੀ ਤਾਂ ਹੈ ਬਾਬਾ ਜੀ। ਮੈਂ ਸੁਣਿਆ ਸੀਗਾ ਕਿ ਚੰਨੀ ਸਾਹਿਬ ਪਬਲਿਕ ਨੂੰ ਤੰਗ ਨਹੀਂ ਕਰਦੇ, ਕਹਿੰਦੇ ਜੀ ਅਸੀਂ ਪਬਲਿਕ ਦੇ ਹੱਕ 'ਚ ਹਾਂ। ਅਤੇ ਯਾਰ ਇੰਨੀ ਹੈਲੀਕਾਪਟਰ ਉਤਰਨਾ ਪੁੱਛੇ ਰੋਡ 'ਤੇ ਉਤਰਨਾ, ਗਲਤ ਗੱਲ ਗਲਤ ਹੈ ਨਾ, ਕਹਿੰਦੇ ਸੀ ਕਿ ਅਸੀਂ ਤਾਂ ਪਬਲਿਕ ਵਾਲੇ ਹਾਂ। ਤੰਗੀ 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 ਜਿਹੜੀ ਚੰਨੀ ਸਾਹਿਬ ਕਹਿੰਦੇ ਪਬਲਿਕ ਨੂੰ ਤੰਗ ਨਹੀਂ ਕਰਨਾ। ਬਾਬਾ ਮੈਂ ਪਿੰਡ ਤੋਂ ਆਇਆ ਇੱਥੇ ਤੱਕ, ਮਤਲਬ 4 ਕਿਲੋਮੀਟਰ ਹੋਣੇ ਆ ਅਤੇ 4 ਕਿਲੋਮੀਟਰਾਂ 'ਚ 10 ਬੈਰੀਗੇਟ ਹੋਣੇ ਆ ਜਿੱਥੇ ਪਬਲਿਕ ਰੋਕੀ ਜਾ ਰਹੀ ਆ। ਮੈਂ ਇੱਥੋਂ ਚੱਲ ਜਾਣਾ ਸਿੱਧਾ ਮੀਤੂ ਕੇ ਪਿੰਡ ਨੂੰ ਓਇਲਾਂ ਵਿੱਚੋਂ ਦੀ। ਸੋ ਮੈਂ ਇਕੱਲਾ ਤੰਗ ਨਹੀਂ, ਦੇਖ ਲਿਆ ਤੁਸੀਂ, ਜੇ ਮੈਂ ਕਹੀਏ ਮੈਂ ਆਪਣੇ ਵੱਲੋਂ ਕਿ ਹਾਂਜੀ ਮੈਂ ਤੰਗ ਆ, ਬਹੁਤ ਜ਼ਿਆਦਾ ਬੈਰੀਗੇਟਿੰਗ ਕੀਤੀ ਪਈ ਆ ਥਾਂ ਥਾਂ 'ਤੇ। ਸੋ ਇਹ ਟੈਗ ਗਲਤ ਹੋ ਗਿਆ ਚੰਨੀ ਸਾਹਿਬ, ਗੁੱਸਾ ਨਾ ਕਰਿਓ, ਨੈਚੁਰਲ ਆ ਯਾਰ, ਆਪਾਂ ਨਾ ਨਾ ਕਿਸੇ ਦੀ ਝੂਠੀ ਤਰੀਫ ਕਰੀ ਦੀ, ਨਾ ਝੂਠਾ ਦਿਖਾਈਦਾ, ਜੋ ਹੈਗਾ ਐਕਚੁਅਲ 'ਚ ਆਪਾਂ ਆਪੇ ਤਾਂ ਪ੍ਰੂਫ ਦਿਖਾ ਰਹੇ ਹਾਂ। ਸੋ ਮੈਨੂੰ ਨਹੀਂ ਪਤਾ ਹੁਣ ਜੋ ਨਿਊਜ਼ ਦਿਖਾਉਂਦੀਆਂ ਉਹ ਕੀ ਆ, ਬਟ ਜੋ ਰਿਐਲਿਟੀ ਬੇਸ ਆ, ਗਰਾਊਂਡ ਰਿਐਲਿਟੀ ਆ, ਉਹ ਪਤਾ ਨਹੀਂ ਬਾਕੀ ਸ਼ਹਿਰਾਂ ਦਾ ਮੈਨੂੰ ਪਤਾ ਨਹੀਂ, ਕਪੂਰਥਲੇ ਆ ਹੋ ਰਿਹਾ ਜੋ ਹੋ ਰਿਹਾ ਉਹ ਦਿਖਾ ਰਹੇ ਆ।
ਤੇ ਆਪਾਂ ਕਿਸੇ ਵੀ ਪਾਰਟੀ ਦੇ ਨਾਲ ਜੁੜੇ ਨਹੀਂ ਆਪਾਂ ਪਹਿਲਾਂ ਹੀ ਦੱਸ ਰਹੇ ਹਾਂ ਨਾ ਆਪਾਂ ਕਦੇ ਵੀ ਕਿਸੇ ਪਾਰਟੀ ਨੂੰ ਪ੍ਰਮੋਟ ਕੀਤਾ ਨਾ ਕਰਨਾ ਤੇ ਸਿੱਧੀ ਜੀ ਆਪਣੀ ਇੱਕੋ ਇੱਕ ਟੈਗ ਹੈ ਆਪਾਂ ਕਿਸਾਨਾਂ ਦੇ ਹੱਕ 'ਚ ਹਾਂ ਅਤੇ ਆਪਣਾ ਉਹੀ ਰੋਸ ਚੱਲ ਰਿਹਾ ਆਪਾਂ ਉਸੇ ਨਾਲ ਜੁੜੇ ਹੋਏ ਹਾਂ ਬਸ ਗੱਲ ਮੁੱਕੀ ਆ ਕੋਈ ਪਾਰਟੀ ਕੋਈ ਵੀ ਪਾਰਟੀ ਨਾਲ ਨਹੀਂ ਚਲੋ ਚੱਲਦੇ ਹਾਂ ਅੱਗੇ ਹਾਈਵੇ ਤੋਂ ਹੱਟ ਕੇ ਇੱਦਾਂ ਦੇ ਰਾਹ ਥਾਣੀ ਜਾ ਰਹੇ ਹਾਂ ਸੋ ਬਹੁਤ ਕਾਰਾਂ ਇੱਥੋਂ ਦੀ ਆ ਰਹੀਆਂ ਦੇਖੋ ਤੰਗੀ ਤਾਂ ਹੈ ਯਾਰ ਹੁਣ ਤੰਗੀ ਨੂੰ ਤੰਗੀ ਕਰਾਂਗੇ ਕੀ ਕਹਾਂਗੇ ਯਾਰ ਚੰਨੀ ਸਾਹਿਬ ਠੀਕ ਨਹੀਂ ਕਰ ਰਹੇ ਤੁਸੀਂ ਪਬਲਿਕ ਤੰਗ ਕਰ ਰਹੇ ਹੋ ਹਾਂਜੀ ਚੰਨੀ ਸਾਹਿਬ ਇਹ ਸਾਰੀ ਪਬਲਿਕ ਤੁਹਾਡੇ ਕਰਕੇ ਆ ਹਾਂਜੀ ਤੰਗ ਹੋ ਰਹੀ ਤੁਹਾਡੇ ਪਿੱਛੇ ਨਹੀਂ ਆ ਰਹੀ ਇਹ ਤੰਗ ਹੋ ਰਹੀ ਆ ਇਹ ਰਾਹ ਪੂਰਾ ਖਾਲੀ ਹੁੰਦਾ ਅਤੇ ਸੁੱਖ ਨਾਲ ਇਹ ਸਾਰੀ ਪਬਲਿਕ ਭੇਡ ਚਾਲ 'ਤੇ ਤੁਰੀ ਹੋਈ ਆ ਕਿਉਂਕਿ ਉੱਥੇ ਪਿੱਛੇ ਰਾਹ ਬੰਦ ਕੀਤਾ ਹੋਇਆ ਆ ਤੰਗੀ ਤਾਂ ਹੈ ਹੁਣ ਤਾਂ ਮੈਂ ਕੀ ਕਹਾਂ ਕਿ ਤੰਗੀ ਤਾਂ ਹੈ ਬੈਟਰੀ ਲੋ ਹੋ ਗਈ ਘੁੰਮਦੇ ਘੁੰਮਦੇ ਘੁੰਮਦੀ ਨਹੀਂ ਮੇਰੀ ਘੁੰਮਦਾ ਤਾਂ ਚਾਰਜਰ ਹੈਗਾ ਬਈ ਤੋਬਾ ਹੀ ਤੋਬਾ ਹੋ ਗਈ ਇੰਨੀ ਭੀੜ ਤੇ ਸਾਰੀ ਇੱਧਰ ਨੂੰ ਤੁਰੀ ਹੋਈ ਆ ਓਏ ਹੋਏ ਹੋਏ ਮੈਂ ਤੋਰ ਹੀ ਨਹੀਂ ਪਾ ਰਿਹਾ ਗੱਡੀ ਯਾਰ ਤੇ ਯਾਰ ਇੰਨੀ ਇੰਨੀ ਤੰਗੀ ਹੋ ਰਹੀ ਹੈ ਯਾਰ ਲੋਕਾਂ ਨੂੰ ਮੇਰਾ ਨਾ ਨਿਕਲ ਗਿਆ ਉਹ ਵਹਿਮ ਨਿਕਲ ਗਿਆ ਕਿ ਚੰਨੀ ਸਾਹਿਬ ਵੱਖਰੇ ਆ ਸਾਰਿਆਂ ਤੋਂ ਸੋਰੀ ਚੰਨੀ ਸਾਹਿਬ ਪਰ ਰਿਜ਼ਲਟ ਤੁਹਾਡੇ ਸਾਹਮਣੇ ਆ ਇਸ ਟਾਈਮ ਜਲੰਧਰ ਇਹਦੀ ਮੈਂ ਤੁਹਾਨੂੰ ਪੂਰੀ ਪਰਿਭਾਸ਼ਾ ਦਿੰਦਾ ਜਲ ਅੰਦਰ ਦੇਖੋ ਇਹਨੂੰ ਇਸੇ ਕਰਕੇ ਨਾਮ ਦਿੱਤਾ ਗਿਆ ਜਲੰਧਰ ਦੇਖੋ ਭਾਜੀ ਹਾਂਜੀ ਇਸ ਕਰਕੇ ਮੈਂ ਕਿਹਾ ਦੱਸ ਦਈਏ ਕਿ ਕਿੱਥੋਂ ਨਾਮ ਚੱਲਿਆ ਗਿਆ ਜਲੰਧਰ ਦਾ ਕਹਿੰਦੇ ਹੁਣੇ ਅੱਜ ਪਤਾ ਨੀ ਕੀ ਕਰਦਾ ਹਰੇਕ ਚੀਜ਼ ਦੀ ਮਾਂ ਭੈਣ ਕਰਨ ਲੱਗਾ ਹੋਇਆ ਹਾਂਜੀ ਬਾਬਾ ਜੀ ਜੋ ਪਹੁੰਚ ਗਏ ਜਿਮ 'ਚ ਤੇ ਆ ਰਿਹਾ ਸਟੈਗ ਤੇ ਆ ਰਿਹਾ ਪ੍ਰੀ ਵਰਕਆਊਟ ਸੋ ਅੱਜ ਹੈਗਾ ਆ ਪੁਸ਼ ਵਰਕਆਊਟ ਟਰਾਈ ਕਰ ਦਿਆਂਗੇ ਤੁਹਾਨੂੰ ਪੂਰਾ ਦਿਖਾ ਦਈਏ ਬਟ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਆ ਕਰਤੀ ਕਰਤੂਤ ਸੋ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਆ ਪਤਾ ਨਹੀਂ ਹੁਣ ਇਹ 'ਚ ਕਰੂੰਗਾ ਜਾਂ ਨਹੀਂ ਨਹੀਂ ਤਾਂ ਪਾਰਟ 2 ਬਣਾ ਦਿਆਂਗੇ ਜੇ ਵੀਡੀਓ ਜ਼ਿਆਦਾ ਲੰਬੀ ਜਾਂਦੀ ਹੋਈ ਅਤੇ ਇਹ ਤੋਂ ਬਾਅਦ ਵੀਡੀਓ ਪਾਰਟ 2 ਸ਼ੁਰੂ ਹੋ ਜਾਣਾ ਆ ਅਤੇ ਜੇ ਮੈਂ ਕੀਤਾ ਤਾਂ ਠੀਕ ਆ ਬਾਕੀ ਬਣੇ ਰਹੋ ਦੇਖਦੇ ਹਾਂ ਵਰਕਆਊਟ ਦਾ ਕੀ ਹਿਸਾਬ ਦਾ ਪਿਆ ਚਲੋ
हाँ जी बाबा जी, वर्कआउट हो गया डन अपना। सो हाथ मेरे थोड़े शेवर कर रहे हैं ड्यू टू वर्कआउट, तो कंडीशन दस दौ किमें वर्कआउट किमें लगा जरूर कमेंट करो। तो बाकी एंड करते हैं ब्लॉग, तो बस पंपिंग थोड़ी दिखानी सी मैं कहा डन है, चलो चलते हैं। आ गई मैंने जरा कल पीता जी आज आ बंदा भी जोड़ लिया अच्छा केला है ब्रोक लेसनर केला तो तू की है की है चलो हाँ जी बाबा जी, सो यह मेरा ब्लॉग होपफुली तुहानू वधिया लगा होगा, वर्कआउट जिदा भी किया। सो यह जस्ट 2% एफर्ट, सो जे थानू पूरे चाहिए विद डिटेल विद किदा किदा किन्ने किन्ने रैप की हिसाब का प्रोपर ब्लॉग चाहिए, तो मैनू चाहिए थोड़ी सपोर्ट। भैन चो उदा किसी ने नहीं मारना, उदा किसी ने नहीं मारना, जो है ना मतलब इधरों एंड होने लगा किसी ना किसी ने बच्चे भोरनी है। ऑलमोस्ट 6वीं 7वीं हरी मैं कर लगा अपना सातवीं 8वीं हरी ब्लॉग एंड कर लगा, तो हॉर्न फिर वजन लग पैने। तो चलो जे बाकी तुहानू चाहिए डाइट, तो ऑलरेडी ब्लॉग मैं छड्या होया जाके चैक कर लो, पहला का छड्या जो मैं पहला यूट्यूब स्टार्ट किया। बाकी चलो टिल दैन नैक्सट ब्लॉग लिए मिलते हैं। हॉर्न हूँ ब्लॉग इधर एंड आउंड ना, नॉइस आनी होनी है, पहला नहीं आती, भावें मैं 5 मिनट वेट कर ला तो किसी ने हॉर्न नहीं मारना जो पिछे आ मेरा ब्लॉग शुरू हो गया, नाले हॉर्न के हॉर्न वजन लग पैने। चलो मिलते हैं अगले ब्लॉग लिए, टिल दैन बाय बाय, टेक केयर, सी यू।